ਮੈਂ ਲਾਇਰ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਵੇਰੀਅਰ, ਤੁਸੀਂ ਆਪਣਾ ਸਰਕੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਦਿਖਾਨ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਭਾਈ ਵਸੀਮ ਬੱਟ ਦੀ ਜਿਹੜਾ ਨਾ ਵੀਡੀਓ ਬਣਨ ਲੱਗੀ ਔਰ ਜੁੰਮੇ ਵਾਲੀ ਵੀਡੀਓ ਹੈ। ਬਾਕੀ ਵੀਡੀਓ ਦਾ ਡਰੈਸ ਜ਼ਿਲ੍ਹਾ ਤਹਿਸੀਲ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਚੈੱਕ ਜਦੋਂ ਲੋਕੇਸ਼ਨ ਜਿਹੜਾ ਨਾ ਹਰ ਵੀਡੀਓ ਚ ਦੱਸੇ ਜੀ ਕਿਸੇ ਵੀ ਭਰਾ ਨਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਕੁੰਜਾ ਔਰ ਕੁੰਜਾ ਦੇ ਨਾਲ ਜਿਹੜਾ ਨਾ 2 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਪਦਾ ਇਹ ਇਹਨਾਂ ਦੀ ਲੋਕੇਸ਼ਨ ਤੇ ਬਾਕੀ ਜਿਹੜੀ ਗੱਲਬਾਤ ਇਹਨਾਂ ਡੰਗਰਾਂ ਦੇ ਔਰ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਵਟਸਐਪ ਤੋਂ ਪੁੱਛ ਲੈਂਦੇ ਕਿਉਂਕਿ ਅੱਜ ਵਾਲੀ ਜਿਹੜੀ ਵੀਡੀਓ ਹੈ ਨਾ ਇਸ ਵੀਡੀਓ ਦੇ ਵਿੱਚ ਨਾ ਝੋਟੀਆਂ ਲੱਗਣੀਆਂ ਨੇ ਤਿੰਨੇ ਝੋਟੀਆਂ ਜਿਹੜੀਆਂ ਨੇ ਪਹਿਲਣਾ ਨੇ ਔਰ ਤਿੰਨੇ ਝੋਟੀਆਂ ਜਿਹੜੀਆਂ ਨੇ ਨਾ ਕੱਚੀਆਂ ਸੱਜੇ ਸੋਈਆਂ ਝੋਟੀਆਂ ਨੇ ਤੇ ਝੋਟੀਆਂ 1 ਨੰਬਰ ਤੋਂ ਲੈ ਕੇ ਔਰ 3 ਨੰਬਰ ਤੱਕ ਜਿਹੜਾ ਨਾ ਇਹ ਤਿੰਨੇ ਝੋਟੀਆਂ ਵੇਖ ਲੈਣੀਆਂ ਨੇ ਤੇ ਇਨਸ਼ਾਅੱਲਾ ਉਮੀਦ ਕਰਾਂਗਾ ਹਮੇਸ਼ਾ ਦੀ ਵੀਡੀਓ ਦੀ ਤਰ੍ਹਾਂ ਜਿਹੜਾ ਨਾ ਅੱਜ ਵਾਲੀ ਵੀਡੀਓ ਜੇ ਵੀ ਮਾਲ ਔਰ ਮੁੱਲ ਉਹ ਇਨਸ਼ਾਅੱਲਾ ਭਰਾਵਾਂ ਨੂੰ ਪਸੰਦ ਆਵੇਗਾ। ਬਾਕੀ ਮਾਲ ਪਸੰਦ ਆਵੇ ਨੰਬਰ ਸਕਰੀਨ ਤੇ ਲਾ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫੈਲ ਕਰ ਲੈਣਾ। ਵਾਰ ਅੱਜ ਜੁਮਾ ਤਾਰੀਖ ਵੀ ਬਣਦੀ ਹੈ 9 ਅਗਸਤ 2024। ਬਾਕੀ ਅੱਲਾ ਪਾਕ ਰੱਖੇ ਹੈਰ ਤੇ ਪਹਿਲਾਂ ਤੱਕ ਜਿਹੜਾ ਨਾ ਵੀਡੀਓ ਕਰਨੇ ਜੀ ਸ਼ੁਰੂ। ਅਸਲਾਮੁ ਅਲੈਕੁਮ ਜੀ। ਕੀ ਵਾਲੈਕੁਮ ਸਲਾਮ ਭਾਈ ਜਾਨ, ਕੀ ਹਾਲ ਹੈ? ਅੱਲਾ ਪਾਕ ਦੇ ਸ਼ੁਕਰ ਹੈ। ਵਟਸਐਪ ਤੁਸੀਂ ਸੁਣਾਓ ਕੀ ਹਾਲ ਹੈ? ਬੜੇ ਅੱਲਾ ਪਾਕ ਦੇ ਕਰਮ ਨੇ, ਸ਼ੁਕਰ ਹੈ ਮਾਲਕ ਸੋਹਣੇ ਦਾ। ਲੋ ਜੀ ਵਟਸਐਪ ਝੋਟੀਆਂ ਦੀ ਵਜ਼ਾਹਤ ਮੈਂ ਕਰ ਸੜੀ ਹੈ ਕਿ 3 ਨੇ ਨਾ ਝੋਟੀਆਂ ਭਾਈ ਜਾਨ, 3 ਝੋਟੀਆਂ ਨੇ। ਠੀਕ ਹੈ, ਨਹੀਂ ਪਹਿਲਣਾ ਨੇ। ਵੈਰੀ ਗੁੱਡ। ਅੱਲਾ ਪਾਕ ਦੇ ਕਰਮ ਕੀਤਾ, 3 ਸੋਲ ਪਈਆਂ ਨੇ ਔਰ ਕੱਚੀਆਂ ਕੱਚੀਆਂ ਸੋਈਆਂ ਨੇ ਨਾਲੋਂ ਨਾਲ ਨੇ। ਜੀ ਬਿਲਕੁਲ ਜਨਾਬ, ਪਸੰਦ ਅਗੂ ਭਰਾਵਾਂ ਦੀ ਆਪਣੀ ਆਪਣੀ ਹੈ। ਜੀ ਬਿਲਕੁਲ, ਸੋਈਆਂ ਇਨਸ਼ਾਅੱਲਾ ਬੜੀਆਂ ਕਮਾਲ ਨੇ, ਕੁੜੀਆਂ ਕੁੜੀਆਂ ਚੁੰਮਣੇ ਵਾਲੀਆਂ ਨੇ ਔਰ ਮੁੱਲ ਵੀ ਜਾਇਦ ਹੈ। ਮੁੱਲ ਵੀ ਇੰਜ ਹੋਣ ਦੇ, ਮੈਂ ਖਾਂਗਣਾ ਨਹੀਂ ਹੋਣ ਦੇ। ਜੀ ਇਨਸ਼ਾਅੱਲਾ ਜਨਾਬ, ਸਵਾ ਲਾ ਕੇ ਵੀ ਇੰਨੇ ਦੀਆਂ ਵੇਚ ਲੈਣ, ਇੰਨੇ ਦੀਆਂ ਇਨਸ਼ਾਅੱਲਾ ਭਰਾ ਵੇਚ ਲੈਣ ਜਿੰਨੇ ਦੀਆਂ ਸਜਰੀਆਂ ਖੜਨ, ਸਜਰੀਆਂ ਖੜਨ ਦੇ। ਠੀਕ ਹੋ ਗਿਆ, ਬਾਕੀ ਆ ਜੁਮਾ ਮੁਬਾਰਕ ਹੈ। ਜੀ ਬਿਲਕੁਲ, ਇਹਦੇ ਸਦਕੇ ਸਾਡੇ ਪਾਲ ਜਿੱਥੇ ਜਿੱਥੇ ਭਰਾ ਨੇ ਉਹਨਾਂ ਨੇ ਆਪਣੀ ਜੁਮਾ ਚ ਰੱਖੇ। ਆਮੀਨ ਜੀ, ਸਿਹਤ ਤੰਦਰੁਸਤੀ ਦੇ ਨੇ। ਆਮੀਨ ਜੀ, ਹੱਸਦੇ ਰਹਿਣ, ਵਸਦੇ ਰਹਿਣ, ਵਸਦੇ ਰਹਿਣ ਜੀ, ਤੇ ਬੱਟਾਂ ਦੇ ਤੁਹਾਨੂੰ ਸਲਾਮ ਹੈ ਸਾਰਿਆਂ ਨੂੰ। ਜੀ ਬਿਲਕੁਲ, ਤੇ ਵੀਡੀਓ ਤੱਕਦੇ ਰਹਿਣ ਤੇ ਸ਼ੇਅਰ ਜਿਹੜਾ ਹੈ ਨਾ ਉਹ ਸਾਨੂੰ ਵੀ ਕਰਦੇ ਰਹਿਣ ਜਨਾਬ। ਕਰਦੇ ਰਹਿਣ ਜੀ, ਖੋਲੋ ਜੀ ਝੋਟੀ ਜਿਹੜੀ ਇਹਦਾ ਜੀ ਨੰਬਰ 1 ਮਾਸ਼ਾਅੱਲਾ ਬਲਾਲ। ਪਹਿਲਾਂ ਇੱਕ ਵਾਰੀ ਬੱਚੇ ਦਾ ਨਾੜੂ ਜਿਹੜਾ ਹੈ ਨਾ ਇਹ ਭਰਾਵਾਂ ਨੂੰ ਟਿਕਾਣਾ ਕਿ ਗਿੱਲਾ ਨਾੜੂ ਔਰ ਕੱਚੀ ਸੱਜਾ ਸੂਈ ਜਿਹੜਾ ਹੈ ਨਾ ਮਗਰ ਵੀ ਕੱਟੀ ਹੈ ਨਾ ਭੱਟ ਸਾਹਿਬ ਜੀ, ਇਹ ਤਾਂ ਮਗਰ ਭਾਈ ਨਿਸ਼ਾਨ ਕੱਟੀ ਹੈ। ਲਓ ਜੀ 2 ਹੋ ਗਈਆਂ ਨਾ ਮਾਸ਼ਾਅੱਲਾ ਜਨਾਬ, ਪਹਿਲਾਂ ਝੋਟੀ ਹੈ ਫਿਰ ਮਗਰ ਵੀ ਕੱਟੀ ਹੈ, ਰੰਗ ਝੋਟੀ ਦਾ ਚੈੱਕ ਕਰਨਾ ਸੁਰਮੇ ਹਾਰ ਹੈ। ਮੈਂ ਨਾ ਪਰੇਸ਼ਾਨ, ਨਸ਼ ਕਾਲੀ ਹੋਵੇ ਦੀ। ਜੀ ਬਿਲਕੁਲ, ਬਰੀ ਘਟੀਆਂ ਹੋਣ ਨੇ ਝੋਟੀ ਦੀਆਂ, ਕੱਚ ਦੀਆਂ, ਕੱਚ ਦੀਆਂ ਮਾਸ਼ਾਅੱਲਾ ਜਨਾਬ, ਸਿੰਗੀ ਜੈਨੂਇਨ ਹੋਵੇ ਦੀ, ਨਿੱਕੀ ਨਿੱਕੀ ਸਿੰਗੀ ਹੋਵੇ। ਜੀ ਬਿਲਕੁਲ, ਅੱਖਾਂ ਦੋਵੇਂ ਇੱਕੋ ਜਿਹੀਆਂ ਹੋਣਗੀਆਂ ਹੋਣੀਆਂ ਤੇ ਵੇਖਣਾ ਫਿਰ ਅੱਲਾ ਪਾਕ ਨੇ ਥਾਂ ਕਿਸ ਤਰ੍ਹਾਂ ਦਾ ਲਾਇਆ। ਜੀ ਬਿਲਕੁਲ, ਤੇ ਫਿਰ ਧੁੰਨੀ ਕੋਲੀ, ਧੁੰਨੀ ਕੋਲੀ ਤੇ ਢੂੰਡਿਆਂ ਨਹੀਂ ਨਾ ਲੱਭਣ ਲੈ। ਜਾ ਰਾਜ਼ੀ ਆ ਤੇਰੇ ਤੋਂ ਬੱਟਾ ਪਹਿ ਲੈਣਾ ਝੋਟੀਆਂ ਨੇ ਔਰ ਡੱਬੀ ਦੇ ਪਾ ਕੇ ਰੱਖਣਾ। ਮੈਂ ਨਾ ਪਰੇਸ਼ਾਨ, ਦਾਬੜਾ ਵੀ ਪੱਟੇ ਪਾਉ ਨਾ ਆਪਣਾ ਚੋਕੇ ਦਾ ਤੋੜੇ। ਜੀ ਬਿਲਕੁਲ, ਤੇ ਵੇਲੇ ਭਰਾ ਔਰ ਫਿਰ ਜਿਹੜੇ ਭਰਾ ਵਟਸਐਪ ਤੇ ਡਿਮਾਂਡ ਕਰਦੇ ਨੇ ਪਹਿ ਲੈਣਾ ਜੀ। ਮੈਂ ਨਾ ਪਰੇਸ਼ਾਨ, ਬੜੇ ਭਰਾ ਫੋਨ ਕਰਦੇ ਆ ਪਹਿਲਣਾ ਝੋਟੀਆਂ। ਜੀ ਬਿਲਕੁਲ ਜਨਾਬ, ਇਹ ਐਕਟ ਲਿਆਨੀਆਂ ਨੇ ਤਰਾ, ਫਿਰ ਵੇਖੋ ਜਿਹੜੇ ਭਰਾਵਾਂ ਦੇ ਨਸੀਬਾਂ ਚੋਂ ਨਾ ਲੈ ਜਾਣ। ਜੀ ਬਿਲਕੁਲ ਜੀ, ਜਿੱਥੇ ਜਿੱਥੇ ਪੱਠਾ ਹੋਇਆ ਨਾ ਇਹਨਾਂ ਦਾ ਫਿਰ ਪਰੇਸ਼ਾਨ, ਪਹਿਲਣ ਹੋ ਕੇ ਬੜੀਆਂ ਹੀ ਸੌ ਨਿਕਲੀਆਂ। ਠੀਕ ਹੋ ਗਿਆ, ਸਾਲਤਾਂ ਚੰਗੀਆਂ। ਮੈਂ ਨਾ ਸਾਲਤਾਂ ਚੰਗੀਆਂ, ਲਾਜਵਾ ਬੜਾ ਸੋਹਣਾ ਤੇ ਵੇਖੋ ਨਾ ਥਣੀਆਂ ਹੀ ਵਿੱਚੀਆਂ। ਜੀ ਬਿਲਕੁਲ, ਖੇੜਾ ਵੀ ਚੈੱਕ ਕਰਨਾ ਔਰ ਫਿਰ ਲਿਬਾਸ ਵੀ ਜਿਹੜਾ ਹੈ ਨਾ ਤੇ ਗੁੱਲੇ ਵੇਖਣੇ ਨੇ ਨਾ ਰੱਸੇ ਸਾਂ ਪਰੇਸ਼ਾਨ ਪਾਏ ਨੇ ਡਰਦੀਆਂ ਨੇ ਬਾੜੇ ਦੀਆਂ, ਬਾੜੇ ਦੀਆਂ ਖੁੱਲੀਆਂ ਕਿਉਂਕਿ ਖੁੱਲੀਆਂ ਜਿਹੜਾ ਹੈ ਨਾ ਤੇ
ਝੂਠੀਆਂ ਨੇ ਜਨਾਬ। ਲੋ ਜੀ ਬਾਦਸ਼ਾਹ ਸਾਹਿਬ ਝੂਠੀ ਮੂੰਹ ਚੁੱਕੇ ਜੇ ਬਾਦਸ਼ਾਹ ਨੇ ਮੂੰਹ ਚ ਜਵਾਨ ਹੋ ਗਈ। ਲੋ ਜੀ ਮੂੰਹ ਚੋ ਪੱਕ ਕੇ ਸੁਈ ਹੈ, ਪੱਕੀ ਜਿਹੜੀ ਗੱਲ ਹੈ ਉਹ ਕਰਨੀ। ਵੈਰੀ ਗੁੱਡ ਜਨਾਬ, ਮੂੰਹ ਚ ਝੂਠੀ ਜਨਾਬ ਜਵਾਨ ਹੈ। ਅੱਜ ਕਿੰਨੀਆਂ ਕੁ ਚੁਆਈਆਂ ਦੀਆਂ ਹੋਈਆਂ ਬਾਦਸ਼ਾਹ ਨੇ? ਕੱਲ ਦੀ ਝੂਠੀ ਸੁਈ ਦੋ ਚੁਆਈਆਂ ਸੀ ਕੀਤੀਆਂ ਨੇ। ਲੋ ਜੀ ਤੀਸਰੀ ਕਰਨੀ ਹੈ, ਤੀਸਰੀ ਕਰਨੀ ਹੈ ਭਰਾਵਾਂ ਦੇ ਸਾਹਮਣੇ। ਵੈਰੀ ਗੁੱਡ ਜਨਾਬ, ਔਰ ਫਿਰ ਜਿਸ ਤਰ੍ਹਾਂ ਆਪ ਇੱਕ ਰੰਗ ਦੀ ਹੈ ਨਾ, ਚੇਂਜ ਦੀ ਇਕੱਠੀ ਦਿੱਤੀ ਜੂ ਨਾ ਸ਼ਿਕਾਰੀ ਨਾ ਸ਼ਿਕਾਰੀ ਤੇ ਬੜੀ ਪਰੇਸ਼ਾਨ ਲਾਜਵਾ ਚੰਗਾ ਸੀ, ਸੌ ਫੀਲ ਬੜੀ ਹੈ ਜੀ। ਠੀਕ ਹੈ ਜੀ, ਬੜੀ ਚੰਗੀ ਹੈ, ਚਮੜੀ ਵੇਖੀ ਭਰਾਵਾਂ ਕਿਸ ਤਰ੍ਹਾਂ ਬਰੀਕ ਹੱਡੀਆਂ ਕੱਚ ਦੀਆਂ ਨੇ। ਔਰ ਬਾਦ ਸਾਹਿਬ ਇਸ ਟਾਈਮ ਹਾਜ਼ਰ ਮੌਕੇ ਕੀ ਕੁ ਬੋਲਾ ਝੋਟੀ ਕੋਲੇ? ਪਰੇਸ਼ਾਨ ਹੈ ਇਸ ਟਾਈਮ, ਦੋ ਥਣ ਕੱਟੀ ਨੂੰ ਦੇਖ ਨਾ ਹਾਜ਼ਰ ਮੌਕਿਆ ਜੀ, 2.5 ਕਿਲੋ ਬੋਲਾ। ਲੋ ਜੀ ਜੋੜੀ ਜਿਹੜੀ ਅਗਲਾ ਪਿਛਲਾ ਜਾਂ ਗਾੜੀ ਅਗਲਾ ਪਿਛਲਾ ਕੱਟਣ ਚੰਗਾ, ਅਗਲੇ ਪਿਛਲੇ 2.5 ਕਿਲੋ ਆਪਣਾ ਭਰਾ ਜਿਹੜਾ ਦੇ ਲਿਆ ਕੇ ਤਸੱਲੀ ਕਰ ਲੈ। ਤੀਸਰੀ ਚੁਆਈ ਜੀ, ਤੀਸਰੀ ਚੁਆਈ ਕੱਲਣ ਝੋਟੀ ਕੋਲੇ ਜਨਾਬ ਹਾਜ਼ਰ ਮੌਕਿਆ ਜਿਹੜਾ ਨਾ 5 ਕਿਲੋ ਜੋੜੀ ਵਿੱਚੋਂ, ਜੋੜੀ ਵਿੱਚ ਜਿਹੜੇ ਭਰਾ ਦਾ ਦਿਲ ਹੈ ਪਰੇਸ਼ਾਨ, ਜਿੱਥੋਂ ਆ ਜੇ ਆ ਕੇ ਆਪਣਾ ਪਾਣੀ ਹਾਲ ਪੂਰਾ ਕਰਕੇ ਤੇ ਫਿਰ ਝੋਟੀ ਜੀ। ਬਿਲਕੁਲ, ਤੇ ਫਿਰ ਇਸ ਗੱਲ ਨੂੰ ਮੱਦੇ ਨਜ਼ਰ ਰੱਖਣਾ ਕਿ ਚੁਆਈ ਤੀਸਰੀ ਹੈ, ਤੀਸਰੀ ਚੁਆਈ ਹੈ। ਫਿਰ ਸੌ ਸੀ ਲੈਣ ਜੋ ਦੀ ਨਾ ਜੁੱਟ ਨਾ ਵੰਗਾ ਕੋਈ ਚੀਜ਼ ਨਹੀਂ ਪਾਣੀ। ਲੋ ਜੀ ਬੱਚਾ ਛੱਡਣਾ, ਬੱਚਾ ਛੱਡਣਾ ਤੇ ਝੋਟੀ ਬਹਿ ਕੇ ਚੋਲ ਲੈ, ਕੋਈ ਔਲ ਨਹੀਂ, ਕੋਈ ਔਲ ਨਹੀਂ, ਮੈਨੂੰ ਪਤਾ ਹੀ ਨਹੀਂ ਹੈ ਨੰਤੇ ਔਲ ਦਾ। ਜੀ ਬਿਲਕੁਲ ਜਨਾਬ। ਲੋ ਜੀ ਬਾਦ ਸਾਹਿਬ ਦੀ ਗ੍ਰੇਟ ਹੈ, ਬਿਸਮਿਲਲਾ ਪੜੋ ਜਨਾਬ। ਨੰਬਰ 1 ਝੋਟੀ ਜਿਹੜਾ ਨਾ ਕਿਸੇ ਭਰਾ ਨੂੰ ਪਸੰਦ ਆਵੇ, ਕਿੰਨੇ ਦੀ ਜਨਾਬ ਲਾਲੇ ਦੀ ਜਾਨ ਨੇ ਝੋਟੀ ਦੇ ਦਿੱਤੀ? ਜਾਨ ਨੇ ਮੁੱਲ ਸ਼ੋਲ ਕੋ ਨਹੀਂ ਲਾਣੇ, ਗੱਲ ਪਹਿਲਾਂ ਵੀ ਕੀਤੀ ਤੇ ਕੋਈ ਭਰਾ ਚੌਂਕ ਤੇ ਨਾ ਸੁਗਾ ਜੀ। ਅਜੇ ਖਾਂਗਣਾ ਵੀ ਸਾਲੇ ਪਾਲ ਵਿੱਚ ਤੇ ਤਾਂ ਵੀ ਆ ਕੇ ਬੜ ਦੀ ਪੈਸੇ ਪੂਰੇ ਹੋ ਗਏ। ਵੈਰੀ ਗੁੱਡ ਜਨਾਬ, ਮੁੱਲ ਨਹੀਂ ਹੋਣਾ, ਔਰ ਕੱਟੀ ਲਾ ਲੈਣੀ ਹੈ, ਕੱਟੀ ਲਾ ਲੈਣੀ ਹੈ, ਕੱਟੀ ਨੋ ਪੇ ਜੇ ਬੱਚੇ ਕੀ ਤੇ ਝੋਟੀ ਦੇ ਪੈਸੇ ਨਹੀਂ ਲੈਣੇ ਜੀ। ਬਿਲਕੁਲ, ਉਹ ਸਮਝੋ ਕਿ ਏਟੀਐਮ ਬੈਂਕ ਵਿੱਚ ਪਏ ਨੇ ਜੀ ਜੀ, ਜੇ ਤੁਹਾਡੇ ਦਿਲ ਕਰਦਾ ਕੈਸ਼ ਕਰਾ ਲਓ ਜਿਹੜਾ। ਮੈਂ ਨੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਪੈਸਿਆਂ ਤੋਂ ਕਿਸੇ ਭਰਾ ਸਾਹਿਬ ਵੀ ਨਾ ਜਾ ਕੇ, ਠੀਕ ਹੈ, ਤੇ ਦੁੱਧ ਵੀ 12-13 ਕਿਲੋ ਦੇਣੇ ਆ ਇਨਸ਼ਾਅੱਲਾ, ਇਨਸ਼ਾਅੱਲਾ ਬਸਾਂ ਵਾਲੀ ਹੈ। ਲੋ ਜੀ ਬਾਦ ਸਾਹਿਬ ਕਿੰਨੇ ਦੀ ਝੋਟੀ ਦੇ ਸਕਦੇ? ਪੈਸਿਆਂ ਜਿਹੜੇ ਭਰਾ ਦੇ ਪਸੰਦ ਆ ਇਹਨਾਂ ਸਾਰੇ ਮੁੱਲ ਛੱਡ ਕੇ ਜੀ, 3,55,000 ਦੀ ਝੋਟੀ ਜਾ ਦੱਸਦੀ ਆ ਤੇਰੇ ਤੋਂ ਬਟਾ। ਲੋ ਜੀ ਜਿਸ ਭਰਾ ਨੂੰ ਪਸੰਦ ਆਵੇ ਮਗਰ ਕੱਠੀ ਸੱਜਰ ਸੋਏ, ਤੀਸਰੀ ਮੁੱਲ ਵੀ ਵੇਖ ਲੈਣਾ, ਝੋਟੀ ਵੀ ਵੇਖ ਲੈਣੀ ਹੈ ਜੀ। ਬਿਲਕੁਲ, ਉਹ ਪਸੰਦ ਦੇ ਭਰਾਵਾਂ ਦੀ, ਔਰ 3,00,000 ਤੇ 50 ਤੇ 5 55 ਤੇ ਚੋਇਆ ਇੰਜੇ ਹੋਵੇ ਜੀ, ਪੁਰਾਣੀ ਪੱਛੜੇ ਨਿੰਬੂ ਵਾਲ ਹੋਵੇ ਜੀ ਨਿੰਬੂ ਜੀ। ਬਿਲਕੁਲ, ਲਬਾਸ ਦੁੱਧ ਵਾਲਾ ਇਹ ਜਿਹੜਾ ਮੋਟਾ ਪਸੰਮ ਤੇ ਸੋਹਣਾ ਥਾਂ ਬਣਾਇਆ, ਕਿਉਂਕਿ ਟਾਈਮੋ ਟਾਈਮ ਇਸੇ ਤਰ੍ਹਾਂ ਹੁੰਦੇ, ਇਸੇ ਤਰ੍ਹਾਂ ਟਾਈਮ ਤੇ ਵੀ ਹੁਣ ਕੋਈ ਇਹਨੂੰ ਬੋਲਾ ਕਰਦੇ ਆ ਜੀ। ਬਿਲਕੁਲ, ਚਾਰੇ ਥਾਂ ਹਲਦੇ ਪਏ ਨੇ, ਲਾਲ ਪੈ ਤਕਾਂ ਦਾ। ਲੋ ਜੀ ਨੰਬਰ 1 ਹੋ ਗਈ ਹੈ ਮੁਕੰਮਲ, ਅੱਗੇ ਜਨਾਬ ਬਾਅਦ ਕਿ ਜਿਹੜਾ ਹੈ ਨਾ ਇਹ ਬਹੁਤ ਹੀ ਲਿਆਉਣ ਦੀ ਝੋਟੀ ਜਿਹੜੀ ਹੈ ਨਾ ਨੰਬਰ 2 ਤੇ ਜਿਹੜਾ ਹੈ ਨਾ ਮਾਸ਼ਾਅੱਲਾ ਜੀ ਜਨਾਬ ਅੱਜ ਉਸਣ ਦੇ ਦੁੱਧ ਨੇ 3 ਝੋਟੀਆਂ ਨੇ। ਪਹਿਲਾਂ ਵਜ਼ਾਹਤ ਕਰ ਛੱਡੀ ਕਿ ਤਰੇਵੇ ਪਹਿਲਣਾ। ਲੋ ਜੀ ਨੰਬਰ 2 ਝੋਟੀ ਗੰਢ ਜੋੜ ਪਹਿਲਣ ਝੋਟੀ ਦੇ, ਮੈਂ ਨਾ ਪਰੇਸ਼ਾਨ ਗੰਢ ਜੋੜ ਵੇਖਣਾ, ਫਿਰ ਝੋਟੀ ਦੀ ਹੱਡੀ ਵੇਖਣੀ ਹੈ ਜੀ, ਇੱਕ ਹੱਡੀ ਦੀ ਹੋਵੇ ਜੀ ਸਾਰੇ। ਮਾਸ਼ਾਅੱਲਾ, ਫਿਰ ਬਾਦ ਸਾਹਿਬ ਇੱਕ ਗੱਲ ਹੈ ਨਾ ਜੀ ਜੀ, ਦੂਜੇ ਸੋਏ ਜਿਸ ਵੀ ਭਰਾ ਤਿਆਰ ਕਰ ਲਈ ਨਾ, ਮੈਂ ਪਰੇਸ਼ਾਨ ਜਿਹੜਾ ਦਾ ਕੱਦ ਬਹੁਤ ਹੈ ਨਾ, ਇਹ ਕਿਸੇ ਭਰਾ ਜਾ ਕੇ ਸਾਂਭੀ ਸੇਵਾ ਕੀਤੀ, ਠੀਕ ਹੈ, ਦੂਜਣ ਬੜੀ ਮੱਝ ਬਣਨ ਵਾਲੀ ਹੈ ਬੱਚੀ, ਚੰਗੀਆਂ ਮੱਝਾਂ, ਚੰਗੀਆਂ ਮੱਝਾਂ ਚ ਇਨਸ਼ਾਅੱਲਾ ਬਣਨ ਵਾਲੀ ਇਨਸ਼ਾਅੱਲਾ ਜਨਾਬ, ਚੰਗੀਆਂ ਮੱਝਾਂ ਚ ਜਿਹੜਾ ਹੈ ਨਾ ਝੋਟੀ ਦਾ ਨਾਂ ਹੋਏਗਾ। ਲੋ ਜੀ ਬਾਦ ਸਾਹਿਬ ਝੋਟੀ ਨੰਬਰ 2 ਜਿਹੜੀ ਹੈ ਪਹਿਲਣ, ਔਰ ਮੂੰਹ ਚੁਕੇ ਜੇ ਪਰੇਸ਼ਾਨ, ਇਹ ਵੀ ਮੂੰਹ ਦੀ ਜਵਾਨ, ਲੋ ਜੀ ਇਹ ਵੀ ਮੂੰਹ ਦੀ ਜਵਾਨ, ਅੱਖਾਂ ਦੋਵੇ ਅੱਖਾਂ ਇੱਕੋ ਜੀਆਂ, ਸਿੰਗੀ ਜੈਨਵਨ ਹੋਵੇ ਜੀ ਪਰੇਸ਼ਾਨ ਜੀ, ਬਿਲਕੁਲ, ਤੇ ਸੌ ਸੀ ਲਾਤੂ ਬਾਈ ਹੋਵੇ, ਔਰ ਮੱਥੇ ਤੇ ਫੁੱਲੀ ਹੋਵੇਗੀ, ਫੁੱਲੀ ਹੋਵੇ ਜੀ, ਭਰਾਵਾਂ ਵੇਖੇ ਤੇ ਪੁਛਲੀ ਵੇਖਣੀ ਹੈ ਜੀ। ਬਾਦ ਸਾਹਿਬ ਇਹਦੇ ਮਗਰ ਬਰੀਡਰ ਹੈ ਨਾ ਜੀ, ਇਹਦੇ ਮਗਰ ਕੱਟਾ ਜੀ, ਲੋ ਜੀ ਕੱਟਿਆ ਤੇ ਫਿਰ ਨਾੜੂ ਇਹਦਾ ਵੀ ਜਿਹੜਾ ਹੈ ਨਾ, ਫਿਰ ਪਰੇਸ਼ਾਨ ਆ ਵੇਖੋ ਨਾ ਸਲਤਾ ਇਹਨਾਂ ਦੀ। ਲੋ ਜੀ ਇਹ ਮਿਲਣਗੇ, ਮੈਂ ਨਾ ਕੋਈ ਪਤਾ ਹੀ ਨਹੀਂ ਇਹਨਾਂ ਨੂੰ ਪਹਿਲਣਾ ਵਾ। ਲੋ ਜੀ ਅਜ਼ੀਮ ਬਾਉ ਰਸਾ ਉੱਤੇ ਸੱਟਣਾ ਝੋਟੀ ਦੇ, ਝੋਟੀ ਦੇ ਰਸਾ ਉੱਤੇ ਸੱਟਦੇ ਭਾਈ, ਬੰਨਣ ਦੀ ਜ਼ਰੂਰਤ ਨਹੀਂ, ਮੈਂ ਨਾ ਕੋਈ ਪਰਵਾਹ
ਤੀਸਰਾ ਦਿਨ ਹੋ ਗਿਆ ਜਨਾਬ ਤੀਸਰੇ ਦਿਨ ਕੀ ਬੋਲਾ ਝੋਟੀ ਪਰੇਸ਼ਾਨ ਜਿਹੜੇ ਭਰਾ ਦਾ ਦਿਲ ਕੀਤਾ ਨਾ ਇੱਕ ਥਣ ਬੱਚਨ ਦੇ ਕੇ ਆ ਕੇ 10 ਕਿਲੋ ਬੋਲਿਆ ਜੀ ਚੌਥੇ ਥਣ ਨੂੰ ਹੱਥ ਨੀ ਲਾਣਾ ਚੌਥੇ ਥਣ ਨੂੰ ਹੱਥ ਲਿਆ ਤਾਂ ਉਹ ਆਪਣਾ 10 ਕਿਲੋ ਬੋਲਾ ਦੂਆ ਟਾਈਮਾਂ ਦਾ ਪੂਰਾ ਕਰ ਮਾਸ਼ਾਅੱਲਾ ਜੀ ਨਾ ਤੀਸਰਾ ਦਿਨ ਝੋਟੀ ਨੂੰ ਸੋਏ ਆ ਚਮੜੀ ਜੀ ਬਿਲਕੁਲ ਉੱਠਾ ਵੇਖਣਾ ਝੋਟੀ ਦਾ ਵੇਖੋ ਹਾਂ ਲਿਬਾਸ ਚੰਗਾ ਔਰ ਲਿਬਾਸ ਦਾ ਰੰਗ ਸੁਰਾ ਸੁਰਾ ਮੈਂ ਤੋੜ ਤੱਕ ਜੀ ਬਿਲਕੁਲ ਮਾਸ਼ਾਅੱਲਾ ਚੰਗੀਆਂ ਵਾਲੀ ਚੰਗਾ ਜਿਹਾ ਲਾਣਾ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦਾ ਰਸਾ ਦੇ ਸਕਦਾ ਜਨਾਬ ਝੋਟੇ ਨੂੰ ਵੇਖੀ ਨੇ ਜਿਕਰ ਦੀ ਸਹੂ ਸੀ ਜਿਕਰ ਦਾ ਲਾਸ਼ਵਾਸ ਠੀਕ ਹੈ ਔਰ ਆਪਣੇ ਡੇਰੇ ਭਾਵੇਂ 4-5 ਦੀ ਗਾਲੀ ਕਿਹੜਾ ਕਿਤੇ ਲੱਗ ਸਾਰੀਆਂ ਗੱਲਾਂ ਛੱਡ ਕੇ ਪਰੇਸ਼ਾਨ ਜਿਹੜੇ ਭਰਾ ਦੇ ਪਸੰਦ ਆਈ ਨਾ 375,000 ਦੀ ਝੋਟੀ ਰਾਜੀਆਂ ਤੇਰੇ ਤੋਂ ਬਟਾ ਲੋ ਜੇ 355 ਤੇ 375 375 ਦੀਆਂ ਗੱਲਾਂ ਰੱਖੀ ਨਾ ਘਰ ਜੇ ਕਿਸੇ ਭਰਾ ਸਾਂਭੀ ਜਾ ਕੇ ਪਰੇਸ਼ਾਨ ਠੀਕ ਹੈ ਝੋਟੀ ਇਨਸ਼ਾਅੱਲਾ ਵਸਣ ਵਾਲੀ ਹੈ ਇਨਸ਼ਾਅੱਲਾ ਝੋਟੀ ਵਸੇਗੀ ਮਲ ਕਸੇਗਾ ਅੱਲਾ ਦੇ ਫਜ਼ਲ ਨਾਲ ਲੋ ਜੇ ਝੋਟੀਆਂ 2 ਹੋ ਗਈਆਂ ਨੇ ਮੁਕੰਮਲ ਅੱਗੇ ਅਜ਼ੀਮ ਬੋਲਿਆ ਉਹ ਜੀ ਝੋਟੀ ਜਨਾਬ ਨੰਬਰ ਜਿਹੜੀ 3 ਔਰ ਅੱਜ ਦੀ ਵੀਡੀਓ ਦੀ ਆਖਰੀ ਜਿਹੜਾ ਹੈ ਨਾ ਇਹ ਝੋਟੀ ਜਨਾਬ 3 ਝੋਟੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਜਨਾਬ ਪਹਿਲਣ ਝੋਟੀ ਹੈ ਜਨਾਬ ਵਟਸਐਪ ਦੇ ਮਗਰ ਕੱਟਿਆ ਕਿ ਕੱਟੀ ਹੈ ਇਹ ਤਾਂ ਮਗਰ ਕੱਟਿਆ ਪਰੇਸ਼ਾਨ ਹੈ ਸੁਬਹ ਹੀ ਸੂਈ ਹੈ ਲੋ ਜੀ ਇੱਕ ਦੇ ਮਗਰ ਹੀ ਕੱਟੀ ਹੈ ਇੱਕ ਤਾਂ ਮਗਰ ਹੀ ਕੱਟੀ ਹੈ ਠੀਕ ਹੋ ਗਿਆ ਜੀ ਬਾਕੀ ਦੋਵਾਂ ਝੋਟੀਆਂ ਦੇ ਮਗਰ ਇਹ ਕੱਟੇ ਨੇ ਔਰ ਇਹ ਸੁਬਹ ਦੇ ਸੂਈ ਹੈ ਇਹ ਸੁਬਹ ਸੂਈ ਹੈ ਪਰੇਸ਼ਾਨ ਰਸਾ ਛੱਡ ਦਿਓ ਜੀ ਛੱਡ ਦਿਓ ਜਨਾਬ ਪਿਛਾ ਹੋ ਜਾਓ ਝੋਟੀ ਪਿਛਾ ਹੋ ਜਾਓ ਆਪਣੀ ਮਰਜ਼ੀ ਨਾਲ ਜਿਹੜਾ ਹੈ ਨਾ ਤੁਰਨ ਦੇ ਇੱਕ ਵਾਰੀ ਤੋਰ ਫੇਰ ਕੇ ਪਰੇਸ਼ਾਨ ਇਸ ਝੋਟੀ ਨੇ ਸੂਤ ਗੁੱਲ ਬਹੁਤ ਚੰਗਾ ਬਣਾਇਆ ਚੱਲਾ ਗੁੱਲਾ ਚੰਗਾ ਚੰਗਾ ਗੁੱਲਾ ਬਣਾਇਆ ਸੋਹਣਾ ਸਾਹਿਬ ਝੋਟੀ ਪਹਿਲਾਂ ਨੇ ਔਰ ਆਈਏ ਜਿਸ ਤਰ੍ਹਾਂ ਝੋਟੀ ਦੀਆਂ ਚੁਆਈਆਂ ਹੋਈਆਂ ਨਾ ਔਰ ਥਾਣ ਝੋਟੀ ਜੀ ਬਿਲਕੁਲ ਜਨਾਬ ਝੋਟੀ ਪਹਿਲਣ ਔਰ ਫਿਰ ਡੱਬੀ ਚ ਪਾ ਕੇ ਰੱਖਣ ਵਾਲੀ ਤੇ ਗੱਲ ਬਾਤ ਤੁਹਾਡੇ ਵਾਲੀ ਕੇ ਮਾਸ਼ਾਅੱਲਾ ਜਨਾਬ ਇੱਕ ਦਾਬੜਾ ਮੈਂ ਪਰੇਸ਼ਾਨ ਇੱਕ ਦਾਬੜਾ ਪੱਠੇ ਪਾਣੇ ਨੇ ਜੀ ਤੇ ਵੇਲੇ ਭਰਾ ਜੀ ਬਿਲਕੁਲ ਜੀ ਤੇ ਸੌ ਸੀ ਲੈ ਵੀ ਇੰਜ ਹੋਵੇ ਜੀ ਮਾਸ਼ਾਅੱਲਾ ਜੁੱਟ ਵਾਂਗੇ ਦੀ ਲੋੜ ਨਹੀਂ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਜੀ ਵਟਸਐਪ ਦੀ ਚੋਈ ਕੀਤੀ ਹੈ ਨਾ ਪਰੇਸ਼ਾਨ ਇਹ ਕੱਟੇ ਨੂੰ ਰਜਾ ਕੇ ਕੋ 2.5 ਕਿਲੋ ਬੋਲਾ ਚੋਇਆ ਠੀਕ ਹੈ ਜਿਹੜਾ ਚੋਇਆ ਨਹੀਂ ਜੋਰ ਸ਼ੋਰ ਸੱਟ ਗਈ ਜੋਰ ਸ਼ੋਰ ਸੱਟ ਗਈ ਬਿਲਕੁਲ ਮੁਕੰਮਲ ਦੋ ਸੁਵੇ ਇਹਦੇ ਜਨਾਬ ਮੁਕੰਮਲ ਹੋ ਗਏ ਨੇ ਪਹਿਲਾ ਜਾ ਤੇ ਦੂਸਰਾ ਜੋਰ ਜਾ ਔਰ ਲਾਜਵਾ ਬੜਾ ਸੋਹਣਾ ਨਿਕਲਿਆ ਸੋ ਠੀਕ ਹੈ ਸਾਊ ਸੀਲ ਬੜੀ ਹੈ ਠੀਕ ਹੈ ਜਾ ਬਾਕੀ ਭਰਾਵਾਂ ਦੇ ਸਾਹਮਣੇ ਮੈਂ 2.5 ਕਿਲੋ ਬੋਲਾ ਚੋਇਆ ਜੀ ਠੀਕ ਹੋ ਗਿਆ ਦੂਜੀ ਕੱਟੇ ਚੁੰਗਾਈ ਹੈ ਔਰ ਐ ਬਰੀਕ ਸਾਰੀ ਸਾਰੀ ਬਰੀਕ ਮੈਂ ਨਾ ਵੱਖੀ ਵੇਖਣੀ ਧੁੰਨੀ ਕੋਲੀ ਨਹੀਂ ਹੋਣ ਲੱਗੀ ਚਮੜੀ ਵੀ ਵੇਖਣੀ
ਸਾਰੀ ਬਰੀਕ ਹੋਵੇ ਔਰ ਹੱਡੀਆਂ ਜਨਾਬ ਵੱਖੋ ਵੱਖ ਸਾਹਮਣੇ ਭਾਈ ਸ਼ਾਨ ਜੀ ਕਿਸੇ ਭਰਾ ਜਾ ਕੇ ਦੱਸਿਆ ਸੇਵਾ ਕੀਤੀ ਨਾ ਜੀ ਆ ਇਨਸ਼ਾਅੱਲਾ ਦੁੱਧ ਵੀ ਦੇਣੀ ਆ ਤੇ ਮੁੱਲ ਵੀ ਇੰਜ ਦਾ ਹੀ ਹੋਵੇ ਦਾ ਜਾਇਜ਼ ਔਰ ਫਿਰ ਕੱਲ ਚੈੱਕ ਕਰਨੀ ਹੈ ਸੂਤਰ ਆਰ ਤੇ ਹੱਡੀ ਇੱਕ ਹੋਵੇ ਜੀ ਸਾਰੀਆਂ ਜੀ ਬਿਲਕੁਲ ਇੱਕ ਹੱਡੀ ਵਿੱਚ ਹੋਣ ਗਈਆਂ ਪੁੱਠੇ ਜਿਹੜੇ ਨੇ ਖੜੇ ਹੋਣਗੇ ਜਾਂ ਖਾਣੇ ਚੰਗੇ ਹੋਣਗੇ ਲਿਬਾਸ ਚੰਗੇ ਹੋਣਗੇ ਜਨਾਬ ਤਿੰਨ ਝੋਟੀਆਂ ਨੇ ਧਰਵਾਂ ਦੇ ਤੇ ਬੱਚਿਆਂ ਦੇ ਨਾੜੂ ਗਿੱਲੇ ਜਿਹੜੇ ਨੇ ਨਾ ਉਹ ਨਾਲ ਵਹਾਏ ਭਾਈ ਸ਼ਾਨ ਗੱਭਣਾ ਲਿਆਂਦੀਆਂ ਨੇ ਸੂਈਆਂ ਜੇ ਸਾਡੇ ਕੋਲ ਜੀ ਬਿਲਕੁਲ ਜਨਾਬ ਦੋ ਦੋ ਸੂਏ ਇਹਨਾਂ ਦੇ ਮੁਕੰਮਲ ਹੋ ਗਏ ਹੁਣ ਸਿਰਫ ਇਹਨਾਂ ਮੈਲੇ ਸੱਟਣੇ ਨੇ ਤੇ ਦੁੱਧ ਚੁੰਘਣੇ ਨੇ ਅੱਲਾ ਦੇ ਫਜ਼ਲ ਨਾਲ ਕਿਸੇ ਭਰਾ ਜਾ ਕੇ ਸਾਮੀ ਹੈ ਇਨਸ਼ਾਅੱਲਾ ਨਾ ਜੀ ਆ ਭਾਈ ਸ਼ਾਨ ਦੁੱਧ ਵੀ ਦੇਣੀ ਹੈ ਤੇ ਸੌ ਸੀਲ ਵੀ ਬਾੜੀ ਇਨਸ਼ਾਅੱਲਾ ਜਿਹੜਾ ਲੋ ਜੀ ਬਾਦਸ਼ਾਹ ਸਾਹਿਬ ਦੀ ਗ੍ਰੇਟ ਕਿੰਨੇ ਦੀ ਝੋਟੀ ਜਨਾਬ ਨੇ ਦੇ ਸੈਣੀ ਭਾਈ ਸ਼ਾਨ ਜਿਹੜੇ ਭਰਾ ਦੇ ਪਸੰਦ ਆਈ ਨਾ ਠੀਕ ਹੈ ਕੋਈ ਲੰਮਾ ਮੁੱਲ ਨਹੀਂ ਇਹਦਾ ਜੀ ਠੀਕ ਆ ਜਿਹੜੇ ਭਰਾ ਦੇ ਪਸੰਦ ਆਈ ਭਾਈ ਸ਼ਾਨ 3,35,000 ਦੀ ਝੋਟੀ ਜਾ ਰਾਜ਼ੀ ਆ ਤੇਰੇ ਤੋਂ ਬਟਾ ਜਿਸ ਭਰਾ ਨੂੰ ਭਾਈ ਸ਼ਾਨ ਮੁੱਲ ਨਹੀਂ ਹੈ ਸਾਲ ਸਾਲ ਚੁੰਘ ਭਰਾ ਫਿਰ ਇੰਨੇ ਦੀਆਂ ਵੇਚ ਲੈ ਲੋ ਜੀ ਕੀਮਤ 3,00,000 ਤੇ 35,000 ਰੁਪਈਆ ਅੱਲਾ ਦੇ ਫਜ਼ਲ ਨਾਲ ਪਹਿਲਣ ਝੋਟੀ ਹੈ ਤੇ ਕੱਚੀ ਸੂਈ ਹੈ ਸੁਬਾਹ ਜੀ ਬਿਲਕੁਲ ਤੇ ਥਣ ਦਾ ਹੀ ਮੁੱਲ ਕੋ ਨਹੀਂ ਹੈ ਦੇਦਾ ਲੋ ਜੀ ਬਾਦਸ਼ਾਹ ਸਾਹਿਬ ਇੱਕ ਥਣ ਦਾ ਮੁੱਲ ਹੈ ਇਹਦੇ ਥਣ ਦਾ ਹੀ ਮੁੱਲ ਕੋਈ ਨਹੀਂ ਔਰ ਬਾਕੀ ਜਨਾਬ ਝੋਟੀ ਦੀ ਮੁਕੰਮਲ ਜਿਹੜੀ ਜਿਹੜੀ ਪਸੰਦ ਆਵੇ ਨਾ ਰਾਬਤਾ ਬਾਦਸ਼ਾਹ ਸਾਹਿਬ ਨਾਲ ਕਰਨਾ ਤੇ ਬਾਕੀ ਅੱਲਾ ਪਾਕ ਰੱਖੇ ਖੈਰ ਇਸੇ ਵੀਡੀਓ ਦੇ ਨਾਲ ਜਨਾਬ ਇਜਾਜ਼ਤ ਲਵਾਂਗੇ ਔਰ ਅਗਲੀ ਵੀਡੀਓ ਦੇ ਨਾਲ ਜਿਹੜਾ ਨਾ ਫਿਰ ਹਾਜ਼ਰ ਹੋਵਾਂਗੇ ਵਟਸਐਪ ਨਾਰਾ ਮਾਰਨਾ ਜਨਾਬ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ ਨਰੇ ਹੈਦਰੀ ਜੈ ਅਲੀ।